happy popping to the last 10. I ran away with my life, fast forward, never turn back again. It's kind of Sukra. ਕੋਈ ਗਾਣ ਨਹੀਂ ਕੀਤਾ ਜਾ ਹਜੇ ਤਾਂ ਫਿਲਹਾਲ ਠੀਕ ਹੈ ਸਾਰਾ ਕੁਝ ਕਿੱਧਰੇ ਜਾਣਾ ਇੱਧਰ ਹੀ ਜਾਣਾ ਪਤਾ ਬਰਗਰ ਰੱਬ ਇਹ ਲੱਕੜੀ ਮੇਰੇ ਇਸ ਕਰਕੇ ਬਣਦੀ ਆ ਕਿਉਂਕਿ ਮੈਂ ਇਹ ਤੋਂ ਬਿਨਾਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦੀ ਹਾਂ ਜਿਹੜੇ ਰੈਪਰ ਵਾਲੀ ਕਹਿੰਦੀ ਨਹੀਂ ਹੁੰਦੀ ਹੁੰਦੀ ਸੀ ਜੇ ਜੁੰਮਾ ਹੀ ਹੋਈ ਟੇਸਟ ਆ ਪਤਾ ਇੱਕ ਕਿੰਨੇ ਦਾ ਇੱਕ ਗਲਾਸ 70 ਰੁਪਏ ਦਾ ਮੈਂ ਤੁਹਾਡੀ ਜੀਵਨ ਚ ਪ੍ਰੋਟੈਕਸ਼ਨ ਕਰਦਾ ਹਾਂ ਦੇਖੋ ਹੁਣ ਮੰਮਾ ਨੇ ਮੈਨੂੰ ਜਾਣ ਨਹੀਂ ਦਿੱਤਾ ਸੁਬਾਹ ਸਕੂਲ ਹਨਾ ਨਾ ਮੈਨੂੰ ਪਾਪਾ ਨਹੀਂ ਜਾਣ ਦਿੱਤਾ ਜਾਣੂ ਘਰੇ ਆਈ ਜਾਣ ਕੇ ਵੀ ਮੈਂ ਬਾਰੇ ਘੁੰਮਣ ਲੈ ਕੇ ਜਾਣਾ ਮੈਨੂੰ ਪਾਪਾ ਕਹਿੰਦੇ ਜਾਓ ਜਾਓ ਬ੍ਰਦਰ ਵਾਲੇ ਕੰਮ ਹੈ ਵੀ ਆ ਮੇਰੇ ਨੂੰ ਵਧੇ ਦਿੱਤੇ ਯਕੀਨ ਹੈ ਨਹੀਂ ਐਸੀ ਗੱਲ ਨਹੀਂ ਹੈਗੀ ਮਤਲਬ ਸਾਡੀ ਬੋਂਡਿੰਗ ਹੀ ਇੱਦਾਂ ਦੀ ਹੈ ਰੱਬ ਕਰੇ ਹਮੇਸ਼ਾ ਆਈ ਰਵੇ ਉਮੀਦ ਤਾਂ ਐਵੇਂ ਹੀ ਹੈ ਜੇ ਕੋਈ ਮਤਲਬ ਸ਼ੈਤਾਨ ਵਾਲੇ ਹੁੰਦੇ ਸਾਡੇ 'ਚ ਕੋਈ ਨਹੀਂ ਵੜਦਾ ਹਾਂ ਮੈਂ ਥੋੜ੍ਹਾ ਪੱਟ ਕੇ ਜਾਂਦੀ ਹਾਂ ਪਰ ਮੈਨੂੰ ਇਹ ਸਮਝਾ ਦਿੰਦੀ ਹੈ ਜੀ ਆਲਮੋਸਟ ਮੈਂ 10 ਡੇਜ਼ ਬਾਅਦ ਬਾਹਰ ਨਿਕਲੀ ਹਾਂ ਉਹ ਵੀ ਜਾਨੂ ਅੱਜ ਆਈ ਸੀਗੀ ਫਿਰ ਸਪੈਸ਼ਲੀ ਮੈਨੂੰ ਲੈਣ ਕਿਉਂਕਿ ਹੋ ਗਿਆ ਥੋੜ੍ਹਾ ਹੈਲਥ ਦਾ ਫੇਰ ਇਸ਼ੂ ਹੋ ਗਿਆ ਝਟਕਾ ਦੇ ਗਈ ਹੈਲਥ ਮੇਰੀ ਸੋ ਫਿਰ ਅੱਜ ਅਸੀਂ ਬਾਹਰ ਆਏ ਹਾਂ ਆਊਟਿੰਗ ਲਈ ਜਾਨੂ ਬਸ ਉੱਧਰੋਂ ਸਕੂਲੋਂ ਸਿੱਧਾ ਆ ਗਈ ਮੰਮਾ ਨੇ ਕਾਲ ਕਰਤੀ ਸੀ ਵੀ ਕਿਤੇ ਬਾਹਰ ਜਾ ਆਏ ਹੋ ਸੋ ਅਸੀਂ ਫਿਰ ਉੱਥੇ ਆ ਗਏ ਆਵਰ ਮੋਸਟ ਫੇਵਰੇਟ ਬਰਗਰ ਪਤਾ ਹੀ ਹੈ ਇੱਕ ਜਦੋਂ ਸਕੂਨ ਚਾਹੀਦਾ ਉਦੋਂ ਇੱਕ ਦੋ ਜਗ੍ਹਾਵਾਂ ਹੀ ਨੇ ਉੱਥੇ ਆਉਂਦੀ ਹੁੰਦੀ ਆ ਸੋ ਅੱਜ ਬਰਗਰ ਆਪਾਂ ਚਲੋ ਫਿਰ ਹੁਣ ਆਪਾਂ ਫਿਰ ਮਿਲਦੇ ਹਾਂ ਆਰਡਰ ਵਗੈਰਾ ਕਰ ਲਈਏ ਕੀ ਖਾਣਾ ਪੀਣਾ ਦੇਖ ਤਾਰਾ ਅਸੀਂ ਕਿਤੇ ਮਾੜੀ ਚ ਨਹੀਂ ਹਾਂ ਕਹਿ ਦਾਂਗੇ ਵੀ ਸਾਨੂੰ ਲਿਆ ਕੁਛ ਖਾਣਾ ਆਪਾਂ ਨਹੀਂ ਚੱਲ ਜਾਂਦੇ ਪਤਾ ਨਹੀਂ ਕਿ ਇੱਕ ਤਾਂ ਕੋਟੀ ਦਿਲਕਦੀਆਂ ਕੀ ਲੱਗ ਰਿਹਾ ਮੈਂ ਤੇ ਕੀ ਮਤਲਬ ਕੁਛ ਵੀ ਡਿਜ਼ਾਈਨ ਸੋਚ ਲਿਆ ਅਸੀਂ ਸੜਕ 'ਤੇ ਵੀ ਮਹਿੰਦੀ ਲਾ ਚੁੱਕੇ ਹਾਂ ਅਗਰ ਤੁਹਾਡੇ ਯਾਦ ਹੋਵੇ ਉਦੋਂ ਕਰਵਾ ਚੌਥ ਸੀ ਨਾ ਕਰਵਾ ਚੌਥ ਨੂੰ ਅਸੀਂ ਸੜਕ 'ਤੇ ਮਹਿੰਦੀ ਲਾਈ ਅਤੇ ਇਹ ਹੁਣ ਅਸੀਂ ਬਰਗਰ ਲਾ ਚੁੱਕੇ ਅਸੀਂ ਖਾ ਪੀ ਲਿਆ ਮਹਿੰਦੀ ਲੱਗੀ ਹੁਣ ਰੈਡੀ ਰੱਖੜੀ ਮਹਿੰਦੀ ਰੱਖੜੀ ਬਣਾ ਸਭ ਹਾਈ ਬਾਈ ਇਹ ਕੁਚੂ ਕੁਚੂ ਨਾਲ ਆਇਆ ਇਹਦਾ ਨੇ ਕੁਚੂ ਕੁਚੂ ਇਹ ਜਾਨੂ ਨੇ ਮੈਨੂੰ ਰੱਖੜੀ ਗਿਫਟ ਦਿੱਤਾ ਇਹ ਨਹੀਂ ਹੈ ਬਿਮਾਰ ਤੋਂ ਬਾਅਦ ਆਈ ਹੈ ਨਾ ਠੀਕ ਹੋਈ ਆ ਫਿਰ ਕੁਛ ਵਧੀਆ ਹੋਣਾ ਚਾਹੀਦਾ ਸੀ ਫਿਰ ਇਹਨੂੰ ਪਤਾ ਜਾਨੂ ਮੈਨੂੰ ਸੌਫਟ ਟੋਇਜ਼ ਪਸੰਦ ਨਹੀਂ ਜ਼ਿਆਦਾਤਰ ਛੋਟੇ ਛੋਟੇ ਕੁਚੂ ਮੁਚੂ ਦੇ ਸਭ ਕੁਛ ਸੋਹਣਾ ਲੱਗਦਾ ਰੱਖੜੀ ਵੀ ਆਈ ਸੀ ਹੈ ਨਾ ਨਾਲ ਮਿੱਠਾ ਵੀ ਆਇਆ ਅਤੇ ਸਪੈਸ਼ਲ ਆਏ ਇੱਥੇ ਰੱਖੜੀ ਦਾ ਓਕੇਸ਼ਨ ਕਿਉਂਕਿ ਨਾ ਜਦੋਂ ਜਦੋਂ ਵੀ ਮਤਲਬ ਇਕੱਲਾ ਸਕੂਲ 'ਚ ਨਹੀਂ ਦੁਨੀਆਂ 'ਚ ਕਿਤੇ ਵੀ ਜਿੱਥੇ ਵੀ ਮੈਂ ਪੰਗਾ ਲੈਂਦੀ ਹਾਂ ਸਕੂਲ 'ਚ ਮੈਂ ਆਪ ਹੀ ਲੈਂਦੀ ਹਾਂ ਪਿੱਛੇ ਸਪੋਰਟ ਲਈ ਹੁੰਦੀ ਆ ਜਾਨੂ ਮੇਰਾ ਅੱਧਾ ਭਾਈ ਹੈ ਸੇਮ ਐਸ ਹੁੰਦਾ ਵੀ ਜਦੋਂ ਜਾਨੂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੈਂ ਆਉਂਦੀ ਹਾਂ ਸੋ ਅਸਲੀ ਜਿਹੜਾ ਰੱਖੜੀ ਦਾ ਹੁਣ ਰਵੀ ਉੱਧਰ ਆ ਉਹਦੇ ਲਈ ਰੱਖੜੀ ਮੈਨੇ ਭੇਜਤੀ ਉਹ ਹਾਲੇ ਮੈਨੇ ਸ਼ੇਅਰ ਨਹੀਂ ਕੀਤੀ ਕਿਉਂਕਿ ਅਨਫੋਰਚੁਨੇਟਲੀ ਹੋ ਗਿਆ ਸਾਡੀ ਰੱਖੜੀ ਲੇਟ ਹੋ ਗਈ ਉਹ ਵੀ ਮੈਂ ਭੇਜੂੰਗੀ ਜ਼ਰੂਰ ਮਤਲਬ ਇਹਦੇ 'ਤੇ ਅਪਲੋਡ ਕਰੂੰਗੀ ਬਟ ਫਿਲਹਾਲ ਮੇਰੀ ਤਾਂ ਜਾਨੂ ਵਾਲੀ ਰੱਖੜੀ ਦੇਖੀ ਹੋਈ ਸੀ ਫਸਟ ਐਕਸਪੀਰੀਅੰਸ ਮੋਸਟਲੀ ਸਾਡੇ ਦੋਨਾਂ ਦੇ ਇੱਕ ਦੂਜੇ ਦੇ ਨਾਲ ਹੀ ਹੋ ਜਾਂਦਾ ਇਹ ਰੱਖੜੀ ਵੀ ਪਹਿਲਾ ਐਕਸਪੀਰੀਅੰਸ ਜਾਨੂ ਤਾਂ ਮੇਰੇ ਨਾਲ ਰੱਖੜੀ ਜਿਹੜਾ ਤੁਹਾਡੀ ਜੀਵਨ 'ਚ ਪ੍ਰੋਟੈਕਸ਼ਨ ਕਰਦਾ ਹਾਂ ਦੇਖੋ ਹੁਣ ਮੰਮਾ ਨੇ ਮੈਨੂੰ ਜਾਣ ਨਹੀਂ ਦਿੱਤਾ ਸੁਬਾਹ ਸਕੂਲ ਹੈ ਨਾ ਨਾ ਮੈਨੂੰ ਪਾਪਾ ਨਹੀਂ ਜਾਣ ਦਿੱਤਾ ਜਾਨੂ ਘਰੇ ਆਈ ਜਾਣ ਕੇ ਵੀ ਮੈਂ ਬਾਰੇ ਘੁੰਮਣ ਲੈ ਕੇ ਜਾਂਦੀ ਹਾਂ ਪਾਪਾ ਕਹਿੰਦੇ ਜਾਓ ਜਾਓ ਬ੍ਰਦਰ ਵਾਲੇ ਕੰਮ ਹੈ ਵੀ ਆ ਮੇਰੇ ਨੂੰ ਵਧੇ ਦਿੱਤੇ ਯਕੀਨ ਹੈ
ਨਹੀਂ ਐਸੀ ਗੱਲ ਨਹੀਂ ਹੈਗੀ ਮਤਲਬ ਸਾਡੀ ਬੋਂਡਿੰਗ ਹੀ ਇੱਦਾਂ ਦੀ ਹੈ ਰੱਬ ਕਰੇ ਹਮੇਸ਼ਾ ਆਈ ਰਹੇ ਉਮੀਦ ਤਾਂ ਐਵੇਂ ਆ ਜੇ ਕੋਈ ਮਤਲਬ ਸ਼ੈਤਾਨ ਵਾਲੇ ਬੰਦੇ ਸਾਡੇ 'ਚ ਕੋਈ ਨਹੀਂ ਵੜਦਾ ਹਾਂ ਮੈਂ ਥੋੜ੍ਹਾ ਪੱਟ ਕੇ ਜਾਂਦੀ ਹਾਂ ਤਾਂ ਫਿਰ ਮੈਨੂੰ ਸਮਝਾ ਦਿੰਦੀ ਹੈ ਜੀ ਜੀ ਥੈਂਕ ਯੂ ਇਹ ਰੱਖੜੀ ਮੇਰੇ ਇਸ ਕਰਕੇ ਬਣਦੀ ਹਾਂ ਕਿਉਂਕਿ ਮੈਂ ਇਹ ਤੋਂ ਬਿਨਾਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦੀ ਹਾਂ ਇਕੱਲਾ ਮਹਿਸੂਸ ਕਰਨ ਦਾ ਮਤਲਬ ਇਹ ਹੈ ਵੀ ਜਿਵੇਂ ਉਹਨਾਂ ਨੂੰ ਫੀਲਿੰਗ ਹੁੰਦੀ ਹੈ ਨਾ ਸਕੂਲ ਦੇ ਵਿੱਚ ਘਰੇ ਬਾਹਰ ਜਾਂ ਇਕੱਲੀ ਜਾਂਦੀ ਹਾਂ ਮੇਰੇ ਉਹ 20 ਦਿਨਾਂ 'ਚ ਬਹੁਤ ਕੁਛ ਇਹਨੂੰ ਇਕੱਲੇ ਨੇ ਜਾਣਾ ਆ ਬਹੁਤ ਕੁਛ ਚੇਂਜ ਹੋਇਆ ਮਿਲੂਗਾ ਇਹਨੂੰ ਸਕੂਲ ਦੇ ਵਿੱਚ ਮੈਨੂੰ ਬਹੁਤ ਔਖਾ ਲੱਗਦਾ ਇੱਥੇ ਨਾ ਅਤੇ ਉਹ ਵੀ ਮਤਲਬ ਬਹੁਤ ਜਗ੍ਹਾ ਤੁਸੀਂ ਸਪੋਰਟ ਕਰ ਰਹੇ ਤਾਂ ਕਰਕੇ ਮੇਰਾ ਲਕਸ਼ਯ ਬਣਦਾ ਕਿਤੇ ਨਾ ਕਿਤੇ ਨਾ ਪ੍ਰਾਈਵੇਟ ਟੀਚਿੰਗ ਇੰਨੀ ਪਸੰਦ ਨਹੀਂ ਆ ਰਹੀ ਬਟ ਤੁਸੀਂ ਟੈਕਲ ਕਰ ਲੈਂਦੇ ਕਿਉਂਕਿ ਤੁਹਾਨੂੰ ਇੱਕ ਦੂਜੇ ਦੇ ਨਾਲ ਈਵਨ ਤੁਹਾਨੂੰ ਪਤਾ ਸਾਡੇ ਪ੍ਰਿੰਸੀਪਲ ਮੈਮ ਨੇ ਦੱਸਦਾ ਉਹ ਤੁਹਾਡਾ ਬਹੁਤ ਕਰਦੇ ਆ ਮਤਲਬ ਨਾਈਸਲੀ ਉਹਨਾਂ ਨੇ ਵੀ ਸ਼ੁਰੂਆਤ 'ਚ ਕਿਹਾ ਸੀਗਾ ਵੀ ਤੁਸੀਂ ਜੁਆਇਨ ਵੀ ਨਹੀਂ ਇੱਕ ਦੂਜੇ ਤੋਂ ਬਿਨਾਂ ਕਰ ਰਹੇ ਵੀ ਤੁਹਾਡਾ ਕੀ ਬਣੂਗਾ ਫਿਰ ਅਸੀਂ ਕਿਸੇ ਸੁਣਦੇ ਨਹੀਂ ਸੇਮ ਸੇਮ ਇਹ ਹੁਣ ਸਾਡਾ ਬਣਿਆ ਸੀ ਹੁਣ ਹੋਇਆ ਸਾਡਾ ਰਕਸ਼ਾ ਬੰਧਨ ਹੁਣ ਅਸੀਂ ਗਿਫਟ ਇੱਕ ਦੂਜੇ ਨੂੰ ਰਕਸ਼ਾ ਬੰਧਨ ਦਾ ਕੀ ਦੇਣਾ ਉਹਨੂੰ ਸਰਪ੍ਰਾਈਜ਼ ਮਿਲੂਗਾ ਅਸੀਂ ਕਿਸੇ ਜਗ੍ਹਾ ਜਾਵਾਂਗੇ ਉਹ ਵੀ ਸਾਡਾ ਦੋਨਾਂ ਦਾ ਇੱਕ ਦੂਜੇ ਨੂੰ ਗਿਫਟ ਹੋਊਗਾ ਕਿ ਇਹ ਵੀ ਮੈਂਟਲੀ ਇੱਕ ਕੀ ਆ ਮੈਂ ਅਸੀਂ ਘੁੰਮਣ ਜਾਵਾਂਗੇ ਅਤੇ ਉਹ ਸਰਪ੍ਰਾਈਜ਼ ਆਊਗਾ ਆਹ ਦੇਖੋ ਮਿਲ ਜਾਣਾ ਉਹਨੇ ਕੀ ਮੰਗਾਇਆ ਮੈਂ ਨਹੀਂ ਮੰਗਾਇਆ ਜਿਹੜੀ ਉਹ ਰੈੱਡ ਜੇ ਰੈਪਰ ਵਾਲੀ ਕਹਿੰਦੀ ਨਹੀਂ ਹੁੰਦੀ ਹੁੰਦੀ ਚੀਜ਼ ਜਮ੍ਹਾਂ ਹੀ ਉਹੀ ਟੇਸਟ ਆ ਪਤਾ ਇੱਕ ਕਿੰਨੇ ਦਾ ਇੱਕ ਗਲਾਸ 70 ਰੁਪਏ ਦਾ ਦੇਖ ਰਹੀ ਸੀਗਾ ਮੈਂ ਕਿਹਾ ਵੀ 10 ਦਿਨਾਂ ਬਾਅਦ ਬਾਹਰ ਨਿਕਲੇ ਨਾ ਸੇਮ ਸੇਮ ਹੋਈ ਵੀ ਕੁਛ ਨਾ ਡਿਫਰੈਂਟ ਟਰਾਈ ਕਰਦੇ ਕਿਉਂਕਿ ਸੈਂਡਵਿਚ ਮੈਂ ਘਰੇ ਪਾਪਾ ਮੰਗਾਈ ਜਾਂਦੀ ਘਰੇ ਬਰਗਰ ਘਰੇ ਕੁਛ ਅੱਜ ਫਿਰ ਮੈਂ ਕਿਹਾ ਕੁਛ ਥੋੜ੍ਹਾ ਡਿਫਰੈਂਟ ਅਸੀਂ ਮੋਕਟੇਲ ਟਰਾਈ ਕਰਨਾ ਸੀਗਾ ਚੁਆਇਸ ਤੁਹਾਨੂੰ ਨਹੀਂ ਸੀ ਲੀਚੀ ਮੋਕਟੇਲ ਟਰਾਈ ਕਰਦੇ ਹੁਣ ਮੂੰਹ ਆਉਂਦੇ ਕਹਿੰਦੇ ਇਹਦਾ ਉੱਦਾਂ ਜਿੱਦਾਂ ਲੀਚੀ ਵਾਲੀ ਕਰ ਦਿੰਦੀ ਆ ਹੁਣ ਉਹ ਟੇਸਟ ਤਾਂ ਉਹੀ ਲੱਗਦਾ ਨਹੀਂ ਬਹੁਤ ਫਰਕ ਜਾਂਦਾ ਮਤਲਬ ਮੈਂ ਫਸਟ ਮੋਕਟੇਲ ਲੈ ਰਿਹਾ ਮੈਂ ਬਿਲਕੁਲ ਪਸੰਦ ਨਹੀਂ ਆਇਆ ਸਹੀ ਗੱਲ ਮਤਲਬ ਪੀ ਲਓ ਪੈਸੇ ਲਾਏ ਪੀ ਲਓ